ਰਾਈਫਲਮੈਨ ਮਨਵਿੰਦਰ ਸਿੰਘ ਅਤੇ ਔਰੰਗਜ਼ੇਬ ਨੂੰ ਦਿੱਤੀ ਗਈ ਸ਼ਰਧਾਂਜਲੀ। ਰਾਈਫਲਮੈਨ ਮਨਵਿੰਦਰ ਸਿੰਘ ਅਤੇ ਔਰੰਗਜ਼ੇਬ ਨੂੰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਸ਼ਰਧਾਂਜਲੀ ਦਿੱਤੀ ਗਈ। ਰਾਈਫਲਮੈਨ ਮਨਵਿੰਦਰ ਸਿੰਘ ਬੀਤੇ ਦਿਨ ਬਾਂਦੀਪੁਰਾ 'ਚ ਪੈਂਦੇ ਪਨੇਰ ਦੇ ਜੰਗਲੀ ਇਲਾਕੇ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋ ਗਿਆ ਸੀ, ਜਦਕਿ ਅੱਤਵਾਦੀਆਂ ਵੱਲੋਂ ਹੱਤਿਆ ਤੋਂ ਬਾਅਦ ਰਾਈਫਲਮੈਨ ਔਰੰਗਜ਼ੇਬ ਦੀ ਮ੍ਰਿਤਕ ਦੇਹ ਬੀਤੇ ਦਿਨ ਪੁਲਵਾਮਾ ਦੇ ਇਲਾਕੇ 'ਚੋਂ ਮਿਲੀ ਸੀ।